ਟਿਕਟ ਤਾਂ ਆਪਣੇ ਜਲਦੀ ਜਲਦੀ ਸਮੋਕਾਂ ਕਰਦਾ ਪਿਆ ਕਿਉਂਕਿ ਬਾਬਾ ਜੀ ਕੰਡੀਸ਼ਨ ਇਸ ਟਾਈਮ ਕੀ ਟਫ ਹੈ, ਇਸ ਟਾਈਮ ਸ਼ਰੇਸ਼ਨ ਬਹੁਤ ਜ਼ਿਆਦਾ ਟਫ ਹੈ ਉਸਤਾਦ ਜੀ। ਇੱਥੇ ਚੈੱਕ ਕਰੋ, ਬਿਲਕੁਲ ਛੋਟਾ ਜਿਹਾ ਸਰਕਲ ਹੈ ਅਤੇ ਲੈਜੰਡ ਸਾਹਿਬ 'ਤੇ ਅਸੀਂ ਚੱਲਦੇ ਹਾਂ। ਲੈਜੰਡ ਮੁੰਡਾ ਵੀ ਜਿਹੜਾ ਨਾ ਬਹੁਤ ਅੱਛਾ ਖੇਲਦਾ ਪਿਆ, 5 ਕਿੱਲ ਕਰਕੇ ਇਸ ਟਾਈਮ ਟਾਪ 3 'ਤੇ ਵੇ, ਟਾਪ 3, ਟਾਪ 2, ਟਾਪ 1 'ਤੇ ਆਉਣ ਦੀ ਜ਼ਰੂਰਤ ਨਹੀਂ, ਸਿਰਫ ਚਿਕਨ ਡਿਨਰ ਦੀ ਜ਼ਰੂਰਤ ਹੈ ਅਤੇ ਮਾਲ ਮੰਤਰ ਉਸਤਾਦ ਜੀ ਲੱਭ ਜਾਂਦਾ। ਇਹ ਸਿਚੁਏਸ਼ਨ ਸਾਡੇ ਰੂਮ ਵਿੱਚ ਹੁੰਦੀ ਹੈ, ਜਿੰਝ ਕਿ ਇਹ ਭਾਈ ਇਸ ਟਾਈਮ ਪਹਿਲੇ ਨੰਬਰ 'ਤੇ ਵੇ, ਵੇਖੋ 6 ਬੰਦੇ ਇਸ ਟਾਈਮ ਲਾਈਵ ਨੇ, ਛੋਟਾ ਜਿਹਾ ਬਿਲਕੁਲ ਸਰਕਲ ਹੈ। ਇਸ ਟਾਈਮ ਦੂਸਰੇ ਨੰਬਰ 'ਤੇ ਜਿਹੜਾ ਜਾਣ ਡੇ ਹੈ ਇਹ ਭਾਈ ਹੈ ਕਾਕਾ ਰੋਟ ਭਾਈ, ਬਹੁਤ ਅੱਛਾ ਮੁੰਡਾ ਖੇਲਦਾ ਪਿਆ ਬਾਬਾ ਜੀ, ਰੇਡ ਕੇ ਖੇਲਦਾ ਪਿਆ। ਫਿਰ ਮੈਂ ਤੁਹਾਨੂੰ ਦੱਸਦਾ ਬਾਬਾ ਜੀ, AMF22 ਗੇਮਿੰਗ ਲਾਈਵ 'ਤੇ ਰੂਮ ਲੱਗੇ ਆ, ਰੋਜ਼ਾਨਾ ਆਇਆ ਕਰੋ ਅਤੇ ਬਾਬਾ ਜੀ ਮਾਲ ਮੰਤਰ ਲੈ ਕੇ ਜਾਇਆ ਕਰੋ। ਅਤੇ ਵੇਖੋ ਜੀ ਬਿਲਕੁਲ ਹੁਣ ਛੋਟਾ ਜਿਹਾ ਸਰਕਲ ਹੋ ਰਿਹਾ ਹੈ, ਰੇਡ ਕੇ ਜਾਣ ਡਿਆ। ਸਾਡੇ ਰੂਮ ਵਿੱਚ ਕੈਂਪ ਕਰਕੇ ਖੇਲੋ, ਕੋਈ ਕਿਲਸ ਰਿਕੁਆਇਰਮੈਂਟ ਨਹੀਂ ਹੈ, ਚਿਕਨ ਡਿਨਰ ਸਿਰਫ ਕਰੋ ਅਤੇ ਮਾਲ ਮੰਤਰ ਲੈ ਜਾਓ, ਸਿੰਪਲ ਜਿਹਾ ਤਰੀਕਾਕਾਰ ਹੈ। ਬਾਕੀ ਅਸੀਂ ਚੱਲਦੇ ਹਾਂ ਜੀ, ਉਹ ਬਾਬਾ ਜੀ ਸਮੋਕਾਂ 'ਤੇ, ਸਮੋਕਾਂ ਇਸ ਟਾਈਮ ਬੰਦੇ ਨੇ ਕੀਤੀਆਂ ਨੇ ਅਤੇ ਜ਼ੂਨ ਇਹ ਜਾਣਦੇ ਹੈ ਅਤੇ ਬਹੁਤ ਜ਼ਿਆਦਾ ਇਸ ਟਾਈਮ ਸਿਚੁਏਸ਼ਨ ਜਿਹੜੀ ਇਹਨਾਂ ਦੇ ਵਾਸਤੇ ਖਰਾਬ ਹੋਈ ਹੈ। ਵੇਖੋ ਗੱਡੀ ਉਹਨੇ ਫੜ ਲਈ ਹੈ ਅਤੇ ਬਾਬਾ ਜੀ ਇੱਧਰ ਸੱਲਾ ਭਾਈ ਵੀ ਜਿਹੜੇ ਇਹਨਾਂ ਸਮੋਕਾਂ 'ਤੇ ਸਮੋਕਾਂ ਕਰਦੇ ਨੇ ਪਏ ਅਤੇ ਕਾਕਾ ਸਾਹਿਬ ਜਿਹੜੇ ਇਹਨਾਂ ਰੇੜ ਕੇ ਅੱਗੇ ਆਉਂਦੇ ਨੇ। ਵੇਖੋ ਕਿਹੜਾ ਬੰਦਾ ਇਹਨਾਂ 6 ਇੰਚੂ 1 ਬੰਦੇ ਨੇ ਜਿੱਤਣਾ ਜੇ ਅਤੇ ਕਿਹੜਾ ਬੰਦਾ ਚਿਕਨ ਇੰਨਾ ਕਰਕੇ ਜਾਂਦਾ ਅੱਜ, ਇਹ ਵੇਖਣ ਵਾਲੀ ਗੱਲ ਜੇ। ਛੋਟਾ ਜਿਹਾ ਸਰਕਲ ਰਹਿ ਗਏ ਹੈ, ਤੁਹਾਨੂੰ ਮੈਂ ਉੱਤੂ ਦਿਖਾ ਰਿਹਾ ਜੋ ਕੰਡੀਸ਼ਨ ਹੈ, ਵੀ ਹਰ ਬੰਦਾ ਡਿਰਨ ਡੇ ਆ ਉਸਤਾਦ ਜੀ। ਕਿੱਡੇ ਹੈਵੀ ਕੈਮਰੇ ਅਸੀਂ ਲਾਏ ਨੇ, ਪੈਸਾ ਲਾਏ ਆ, ਕਿਉਂ ਅਲੀ ਹਸਨ ਨਹੀਂ ਗੱਲ ਬਾਈ, ਨੈਕਸਟ ਰੂਮ ਲਈ ਵੀ ਨਹੀਂ ਨੈਕਸਟ ਰੂਮ ਵੀ ਯਾਰ ਐਂਗਲ ਦਾ ਹੋਏਗਾ ਉਸਤਾਦ ਜੀ। ਬਾਕੀ ਅਸੀਂ 43 ਬਾਈ ਦੇ ਚੱਲਦੇ ਹਾਂ। ਇਸ ਟਾਈਮ ਬਾਬਾ ਜੀ ਨੇ ਆਪਣੇ ਇਰਦ ਗਿਰਦ ਸਮੋਕਾਂ ਕਰਕੇ ਅੱਗੇ ਜਾਣੇ ਚ ਕਾਮਯਾਬ ਹੋਣ ਡੇ ਆ ਅਤੇ ਸ਼ਾਇਦ ਬੰਦਿਆਂ ਨੇ ਨੇੜ ਨਹੀਂ ਫੜੇ ਇਹਦੇ ਜਿਹੜੇ ਹਜੇ ਤੱਕ ਨੇੜ ਨਹੀਂ ਕਰਦੇ ਪਏ। ਬਾਕੀ ਸਰਕਲ ਹੈ ਵੀ ਜਿਹੜਾ ਨਾ ਸਟਾਰਟ ਹੋਣ ਲੱਗਾ ਅਤੇ 7 ਸੈਕਿੰਡ ਕੇ ਕੁਛ ਰਹਿ ਗਏ ਨੇ ਸੱਲੂ ਸਾਹਮਣੇ ਵੇ, ਅਤੇ ਵੇਖੋ ਉੱਥੇ ਕੀ ਸਿਚੁਏਸ਼ਨ ਬਾਬਾ ਜੀ ਹੁੰਦੀ ਹੈ, ਬਹੁਤ ਇਸ ਟਾਈਮ ਜਿਹੜਾ ਨਾ ਟੈਂਸ ਮਾਹੌਲ ਹੋਏ ਆਵੇ। ਜਿਹੜਾ ਜਿਹੜਾ ਬੰਦਾ ਨਿਊ ਚੈਨਲ ਤੇ ਆਂਡਿਆ ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਉੱਥੇ ਜੀ I7 ਭਾਈ ਆ ਗਏ, ਜਿਹੜਾ ਮੁੰਡਾ ਟਾਪ ਤੇ ਇਸ ਟਾਈਮ ਜਾ ਰਿਹਾ ਉਹ ਲੈ ਚਲੋ, 1 HP ਤਕਰੀਬਨ ਕਰ ਦਿੱਤਾ ਜਿਹੜਾ ਸਾਡਾ ਟਾਪ ਤੇ ਇਸ ਟਾਈਮ ਪਲੇਅਰ ਸੀ। ਇਸ ਟਾਈਮ ਜੀ ਨੇਡ ਕਰਨ ਨੇ, ਅਗਰ ਨੇਡ ਪਰਫੈਕਟ ਹੋ ਗਿਆ ਬਾਬਾ ਜੀ ਆ ਬੰਦੇ ਨੇ ਉੱਡ ਜਾਣਾ, ਬਹੁਤ ਅਕਲਮੰਦੀ ਇਹਨੇ ਕੀਤੀ ਹੈ। ਪਿੱਛੇ ਆ ਗਿਆ ਯਾਰ, ਇਹ ਅੱਛੇ ਪਲੇਅਰਾਂ ਦੀ ਨਿਸ਼ਾਨੀਆਂ ਹੁੰਦੀਆਂ, ਉਹ ਜਲਦੀ ਜਲਦੀ ਪਿੱਛੇ ਆ ਗਿਆ ਕਿਉਂਕਿ ਉਹਨੂੰ ਪਤਾ ਸੀ ਕਿ ਇੱਥੇ ਨੇਡ ਹੋ ਜਾਣਾ, ਉਹੀ ਗੱਲ ਹੋਈ ਹੈ। ਬਾਕੀ ਜੀ ਸਰਕਲ ਜਿਹੜਾ ਨਾ ਸਟੇਜ 8 ਲੱਗ ਗਈ ਹੈ ਇਸ ਟਾਈਮ, ਤੇ ਇੱਥੇ ਜਿਹਨਾਂ ਨੇ 6 ਬੰਦੇ ਟੋਟਲ ਲਾਈਵ ਰਹਿ ਗਏ ਨੇ, ਅਸੀਂ ਕੁਛ ਨਹੀਂ ਕਹਿ ਸਕਦੇ ਕਿ ਕਿਹੜਾ ਬੰਦਾ ਰੂਮ ਵਿੱਚ ਚਿਕਨ ਡਿਨਰ ਕਰਕੇ ਮਾਲ ਮੰਤਰ ਲੈ ਕੇ ਜਾ ਸਕਦਾ, ਕੋਈ ਕਿਲਸ ਰਿਕੁਆਇਰਮੈਂਟ ਨਹੀਂ ਹੁੰਦੀ ਸਾਡੇ ਰੂਮ ਵਿੱਚ, ਗੱਲ ਯਾਦ ਰੱਖਿਓ। ਇਹ ਵੇਖੋ ਯਾਰ ਸਮੋਕਾਂ 'ਤੇ ਸਮੋਕਾਂ ਹੋਈਆਂ, ਉੱਧਰ ਬਾਬਾ ਜੀ 84 ਵਾਲਾ ਜਿਹੜਾ ਨਾ ਬੰਦੇ ਨੂੰ ਲੈ ਗਏ, ਇੱਧਰ ਵੇਖੋ ਫਿਰ ਚੁੱਪ ਕਰਕੇ ਲੇਟ ਗਿਆ, ਅਕਲਮੰਦੀ ਹੈ ਬਾਬਾ ਜੀ। ਫੁੱਲ ਕੈਂਪ ਕਰਕੇ ਖੇਲੋ, 5 ਬੰਦੇ ਇਸ ਟਾਈਮ ਲਾਈਵ ਰਹਿ ਗਏ ਨੇ, 5 ਬੰਦੇ। ਓਏ ਹੋਏ ਇੱਕ ਹੋਰ ਬੰਦਾ ਉੱਡ ਗਿਆ, ਓਏ ਹੋਏ ਬੜਾ ਹੈਵੀ ਨੇੜ ਹੋਏ ਉਸਤਾਦ, ਜਲਦੀ ਜਲਦੀ ਜਿਹੜਾ ਨਾ ਹੀਲ ਲਾਣ ਡਿਆ, 4 ਬੰਦੇ ਰਹਿ ਗਏ ਨੇ। ਉਹ ਇੱਕ ਹੋਰ ਨੇੜ ਆ ਗਈ, ਨਹੀਂ ਨੇੜ ਨਹੀਂ ਆਇਆ, ਧਮਕ ਦੇ ਨਾਲ ਇਹਨੇ ਉੱਡ ਜਾਣਾ ਸੀ ਅਗਰ ਨੇੜ ਹੁੰਦਾ ਤੇ। ਬਾਕੀ ਜੀ ਬਿਲਕੁਲ ਉਹਦੇ ਕੋਲ ਟੋਰਚ ਲਿਆ ਉਸਤਾਦ ਜੀ, ਬਿਲਕੁਲ ਉਹਦੇ ਕੋਲ। ਇਹ ਵੇਖੋ ਓਏ ਅਲੀ ਹਸਨ ਸਾਹਿਬ, ਉਹ ਸਾਹਮਣੇ ਆ ਗਏ ਯਾਰ, ਕੈਸਾ ਸੀਨ ਹੋਇਆ, ਸਮੋਕਾਂ ਵਿੱਚ ਕਿਸੇ ਨਜ਼ਰ ਨਹੀਂ ਸੀ ਨਾ ਆਉਣ ਡਿਆ, ਹੁਣ 3 ਬੰਦੇ ਲਾਈਵ ਰਹਿ ਗਏ ਜੇ ਉਸਤਾਦ ਜੀ। ਅਤੇ ਇੱਧਰ ਵੇਖੋ ਓਏ ਜਿਹੜਾ ਇਸ ਟਾਈਮ ਟੋਪ 'ਤੇ ਜਾ ਰਿਹਾ, ਇਸ ਟਾਈਮ ਟੋਪ 'ਤੇ ਜਾ ਰਿਹਾ ਬਾਬਾ ਜੀ, ਢਿੱਬੇ ਵਿੱਚ ਆ ਗਈ, ਉਹਨੇ ਨੇੜ ਹੋਏ ਤਾਂ ਸੁੱਟ ਦਿੱਤਾ ਹੀ। ਓਏ ਹੋਏ ਹੋਵੇ ਉਹ ਗੱਡੀ ਕਿੰਝ ਉੱਡ ਕੇ ਪਈ ਆ ਉਸਤਾਦ, ਬਹੁਤ ਅੱਛੀ ਇਸ ਟਾਈਮ ਸਭ ਤੋਂ ਅੱਛੀ ਜਿਹੜੀ ਪੋਜੀਸ਼ਨ ਹੈ ਨਾ ਇਸ ਟਾਈਮ ਪਾਂਡਾ ਦੀ ਹੈ ਬਾਬਾ ਜੀ, ਇਸ ਟਾਈਮ ਸਭ ਤੋਂ ਅੱਛੀ ਕੰਡੀਸ਼ਨ ਪਾਂਡਾ ਦੀ ਹੈ, ਜਿਹਨੇ 8 ਕਿੱਲ ਕੀਤੇ ਨੇ ਨਾ ਉਹ ਉੱਡਣ ਲੱਗਾ ਬਾਬਾ ਜੀ, ਉਹ ਬਹੁਤ ਭੈੜਾ ਇਸ ਟਾਈਮ ਫਸੇ ਹੈ। ਓਏ ਹੋ 1 HP ਤੋਂ ਤਕਰੀਬਨ ਬਚਿਆ,
ਓਏ ਹੋ ਬਾਬਾ ਜੀ 1 HP ਦੇਵੇ ਇਸ ਟਾਈਮ, ਦੇਖੋ ਚਿਕਨ ਨਹੀਂ ਨਾ ਕਰਨ ਵਿੱਚ ਕਾਮਯਾਬ ਹੁੰਦਾ ਹੈ ਕਿ ਨਹੀਂ। ਇੱਥੇ ਹੀਲ ਸ਼ੀਲ ਕਰਨ ਡੇ ਆ, ਮੈਨੂੰ ਤਾਂ ਲੱਗਦਾ ਉਹ ਨੇੜ ਸੁੱਟ ਦੇਗਾ ਬਾਬਾ ਜੀ। ਬਹੁਤ ਹੈਵੀ ਫਾਈਟ ਇੱਥੇ ਇਸ ਟਾਈਮ ਬਣੀ ਹੈ, ਵੇਖੋ ਕਿਹੜਾ ਬੰਦਾ ਅੰਨਾ ਜਮਾਲ ਮੰਤਰ ਲੈ ਕੇ ਜਾਂਦਾ, ਇਹ ਵੇਖਣ ਵਾਲੀ ਗੱਲ ਹੈ ਉਸਤਾਦ ਜੀ। ਉਹ ਉਸ ਵੇਲੇ ਉਹ ਕਿੱਥੋਂ ਕਿੱਥੋਂ ਬਚਣ ਡੇ, ਹੁਣ 1v1 ਦੀ ਫਾਈਟ, ਪਾਂਡਾ ਨੇ ਜਿਹੜਾ ਨਾ ਪੁਸ਼ ਕਰ ਦਿੱਤਾ ਇੱਥੇ ਉਸਤਾਦ ਜੀ। ਨਹੀਂ ਨਹੀਂ ਪੁਸ਼ ਨਹੀਂ ਕੀਤਾ ਹੈ ਇੱਥੇ, ਪਾਂਡੇ ਕੋਲ ਨੇੜ ਨਹੀਂ ਹੈ ਬਾਬਾ ਜੀ। ਪਾਂਡਾ ਬਹੁਤ ਹੈਵੀ ਤਰੀਕੇ ਨਾਲ ਖੇਲਦਾ ਹੈ, ਜਿਹੜਾ ਬੰਦਾ ਨਾ ਚੂ ਚਿਕਨ ਡਿਨਰ ਕਰੇਗਾ ਉਹਨੂੰ ਮਾਲ ਮੰਤਰ ਮਿਲੇਗਾ। ਕੋਈ ਕਿਲਸ ਰਿਕੁਆਇਰਮੈਂਟ ਨਹੀਂ ਹੁੰਦੀ ਸਾਡੇ ਰੂਮ ਵਿੱਚ। ਇਹਨੇ 9 ਕਿਲ ਕੀਤੇ ਨੇ ਤੇ ਅੱਧਰ ਬਾਬਾ ਜੀ 3 ਕਿਲ ਕੀਤੇ ਨੇ, ਸਾਰੇ ਸੱਪ ਬਣੇ ਨੇ। ਜਿਹੜਾ ਜਿਹੜਾ ਬੰਦਾ ਸੱਪ ਬਣ ਕੇ ਖੇਲ ਸਕਦਾ ਸਿਰਫ ਉਹ ਮੇਰੇ ਰੂਮ ਵਿੱਚ ਆਏ, ਕੋਈ ਪ੍ਰੋ ਪਲੇਅਰ ਨਾ ਆਏ। ਬਾਅਦ 'ਚ ਤੁਸੀਂ ਕਹਿਣਾ ਜੀ ਕੈਂਪਰ ਬਣੇ ਨੇ, ਸਾਡੇ ਰੂਮ ਵਿੱਚ ਹੁੰਦੇ ਹੀ ਕੈਂਪਰ ਨੇ, ਕਿਉਂਕਿ ਰੂਲ ਹੈ ਇਹਦਾ, ਕਿਲਸ ਰਿਕੁਆਇਰਮੈਂਟ ਨਹੀਂ ਹੁੰਦੀ ਹੈ ਸਾਡੇ ਰੂਮ ਵਿੱਚ। ਬਾਕੀ ਜੀ ਚੈੱਕ ਕਰਨੇ ਆ ਇਸ ਟਾਈਮ ਜੀ, ਅਸੀਂ ਜਿੰਨੇ ਸਭ ਤੋਂ ਜ਼ਿਆਦਾ ਕਿਲ ਕੀਤੇ ਨੇ ਅਸੀਂ ਉਹਦੇ 'ਤੇ ਲੈ ਕੇ ਜਾਂਦੇ ਹਾਂ ਇਸ ਟਾਈਮ। ਨੇੜ ਕੁੱਕ ਕਰਕੇ ਜਿਹੜਾ ਨਾ ਮਰ ਲੱਗਾ, ਅਗਰ ਨੇੜ ਸਹੀ ਹੋ ਗਿਆ ਓਏ ਹੋਏ 1v1 ਦੀ ਫਾਈਟ ਉਹ ਲੈ ਗਏ। ਓ ਯਾਰ ਬਹੁਤ ਹੀ ਹੈਵੀ ਬਾਬਾ ਜੀ ਇਹ ਬੰਦੇ ਨੇ ਕਮ ਬੈਕ ਕਰਕੇ ਚਿਕਨ ਡਿਨਰ ਕਰਨ ਵਿੱਚ ਕਾਮਯਾਬ ਹੋਇਆ। I7 ਵੈਲ ਪਲੇਡ ਯਾਰ, 10 ਕਿਲ ਕਰਕੇ ਮੁੰਡਾ ਚਿਕਨ ਡਿਨਰ ਕਰਨ ਵਿੱਚ ਕਾਮਯਾਬ ਹੋਇਆ।